ਸਤਿਕਾਰ ਕਰੋ ਅਤੇ ਕਰਾਓ। ਕਹਿੰਦੇ ਆਦਰ ਦੀ ਭਾਵਨਾ ਨਾਲ ਦਿਲ ਦੀ ਪਵਿੱਤਰਤਾ, ਬੁੱਧੀ ਦੀ ਨਿਰਮਲਤਾ ਅਤੇ ਵਧੀਆ ਸੁਭਾਅ ਦਾ ਸਬੂਤ ਮਿਲਦਾ ਹੈ। ਇਨਸਾਨ ਆਦਰ ਦੇ ਕੇ ਹੀ ਆਦਰ ਪਾਉਣ ਦਾ ਪਾਤਰ ਬਣਦਾ ਹੈ। ਆਗਿਆ ਪਾਲਣ ਅਤੇ ਸਤਿਕਾਰ ਕਰਨਾ ਆਦਰ ਦੇਣ ਦੀ ਮਹੱਤਵਪੂਰਨ ਵਿਧੀ ਆ। ਇਸ ਨਾਲ ਇਨਸਾਨ ਦੇ ਜਿਹੜੇ ਨੈਤਿਕ ਤੌਰ 'ਤੇ ਸੁੰਦਰ ਅਤੇ ਉੱਨਤ ਚਰਿੱਤਰ ਹੋਣ ਬਾਰੇ ਪਤਾ ਲੱਗ ਜਾਂਦਾ। ਜੇ ਅਜਿਹਾ ਨਾ ਹੋਵੇ ਤਾਂ ਇਨਸਾਨ ਦੇ ਰਿਸ਼ਤਿਆਂ ਅਤੇ ਸਮਾਜ 'ਚ ਉਸਦੇ ਅਕਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਅਸੱਭਿਅਕ ਲੋਕ ਜਿਹੜੇ ਹੁੰਦੇ ਆ ਅਨਾਦਰ ਕਰਨ 'ਚ ਜ਼ਿਆਦਾ ਰੁਚੀ ਲੈਂਦੇ ਨੇ। ਅਜਿਹੇ ਲੋਕ ਵਾਰ ਵਾਰ ਠੋਕਰ ਅਤੇ ਠੇਸ ਸਹਿ ਕੇ ਵੀ ਸਮੱਸਿਆ ਗ੍ਰਸਤ ਬਣੇ ਹੀ ਰਹਿੰਦੇ ਨੇ। ਬੁੱਧੀ ਭ੍ਰਿਸ਼ਟ ਹੋਈ ਰਹਿੰਦੀ ਹੈ ਉਹਨਾਂ ਦੀ। ਕੋਈ ਜਿੰਨਾ ਮਰਜ਼ੀ ਪ੍ਰੇਰਨਾ ਦੇਈ ਜਾਵੇ ਪਰ ਇਹਨਾਂ ਦੀ ਬੁੱਧੀ ਨਿਰਮਲ ਨਹੀਂ ਹੁੰਦੀ ਅਤੇ ਆਦਰ ਦਾ ਭਾਵ ਦਿਲ 'ਚ ਪੈਦਾ ਹੀ ਨਹੀਂ ਹੁੰਦਾ। ਅਸਲ 'ਚ ਆਦਰਯੋਗ ਵਿਅਕਤੀ ਨੂੰ ਆਦਰ ਦੇਣ ਨਾਲ ਵਿਅਕਤੀ ਦੇ ਸ਼ੁਭ ਸੰਸਕਾਰਾਂ 'ਚ ਵਾਧਾ ਹੁੰਦਾ ਹੈ। ਇਸ ਨਾਲ ਮਨ ਆਨੰਦਿਤ ਔਰ ਖੁਸ਼ ਹੁੰਦਾ ਹੈ। ਜਦੋਂ ਇਨਸਾਨ ਆਪਣੇ ਮਿੱਤਰ, ਕਿਸੇ ਰਿਸ਼ਤੇਦਾਰ, ਬਜ਼ੁਰਗ, ਗੁਰੂ ਅਤੇ ਮਾਪਿਆਂ ਨੂੰ ਆਦਰ ਦਿੰਦਾ ਹੈ ਤਾਂ ਆਦਰ ਦੇਣ ਵਾਲਾ ਅਤੇ ਆਦਰ ਪਾਉਣ ਵਾਲਾ ਦੋਵਾਂ ਨੂੰ ਹੀ ਪ੍ਰਸੰਨਤਾ ਹੁੰਦੀ ਹੈ। ਇਸ ਨਾਲ ਮਨ ਦੀਆਂ ਗੰਦਗੀਆਂ ਦਾ ਸਫਾਇਆ ਵੀ ਹੁੰਦਾ। ਦੋਸਤੋ, ਆਸ ਪਾਸ ਦੇ ਮਾਹੌਲ ਹਾਂ ਪੱਖੀ ਊਰਜਾ ਤਰੰਗ ਪੈਦਾ ਹੁੰਦੀ ਹੈ ਅਤੇ ਸਿਰਜਣਾਤਮਿਕ ਵਿਚਾਰਾਂ ਅਤੇ ਪਹਿਲੂਆਂ 'ਚ ਵਾਧਾ ਹੁੰਦਾ ਹੈ। ਹਾਂ ਪੱਖੀ ਭਾਵ ਹੀ ਇਨਸਾਨ ਨੂੰ ਆਦਰ ਦੇਣ ਲਈ ਪ੍ਰੇਰਿਤ ਕਰਦਾ ਹੈ ਅਤੇ ਨਾ ਪੱਖੀ ਭਾਵ ਦਾ ਵਾਧਾ ਹੋਣ ਨਾਲ ਅਨਾਦਰ ਦੀ ਭਾਵਨਾ ਮਨ ਅਤੇ ਵਿਚਾਰਾਂ 'ਚ ਭਰ ਜਾਂਦੀ ਹੈ। ਆਤਮਾ ਨਿਰਛਲ ਅਤੇ ਸਾਫ਼ ਹੁੰਦੀ ਹੈ ਪਰ ਇਨਸਾਨ ਦੀ ਚੇਤਨਾ ਅਤੇ ਵਿਚਾਰ ਕੁਝ ਸਮੇਂ ਲਈ ਬਿਮਾਰ ਹੋ ਜਾਂਦੇ ਹਨ। ਪਰ ਜਿਉਂ ਹੀ ਉਸਨੂੰ ਸਤਸੰਗ ਦਾ ਮੌਕਾ ਮਿਲਦਾ ਹੈ ਤਾਂ ਉਸਦੇ ਦਿਲ 'ਚ ਪ੍ਰੇਮ ਦੀ ਗੰਗਾ ਵਹਿ ਤੁਰਦੀ ਹੈ ਅਤੇ ਇਨਸਾਨ ਦੇ ਸੁਭਾਅ 'ਚ ਆਦਰ ਦੇਣ ਦੀ ਲਾਲਸਾ ਪ੍ਰਬਲ ਹੋ ਜਾਂਦੀ ਹੈ। ਜ਼ਾਹਿਰ ਹੈ ਕਿ ਜ਼ਿੰਦਗੀ 'ਚ ਆਨੰਦ ਅਤੇ ਖੁਸ਼ੀ ਦੇ ਵਾਧੇ ਅਤੇ ਜੀਵਨ ਦੀ ਸਾਰਥਿਕਤਾ ਲਈ ਸਮਾਜ 'ਚ ਦੋਸਤੀ ਵਧਾਉਣ ਲਈ ਸੱਭਿਅਤਾ ਦੇ ਉਥਾਨ ਲਈ ਸਮਾਜ 'ਚ ਸ਼ਾਂਤੀ ਅਤੇ ਸਦਭਾਵਨਾ ਦੀ ਜੋਤ ਜਗਾਈ ਰੱਖਣ ਲਈ ਆਦਰ ਦੇਣ ਦੀ ਭਾਵਨਾ ਨੂੰ ਇਨਸਾਨ ਆਪਣੇ ਅੰਦਰ ਜ਼ਰੂਰ ਵਿਕਸਿਤ ਕਰੇ। ਇਹੋ ਜਿਹੀ ਭਾਰਤੀ ਪਰੰਪਰਾ ਵੀ ਹੈ, ਸਾਰਿਆਂ ਨੂੰ ਆਦਰ ਦਿਓ ਅਤੇ ਲਓ, ਖੁਸ਼ੀਆਂ ਦਾ ਆਨੰਦ ਮਾਣੋ। ਧੰਨਵਾਦ ਦੋਸਤੋ।